ਜੇਕਰ ਤੁਸੀਂ ਕੋਈ ਸਪੋਰਟਸ ਇਵੈਂਟ ਕਰਵਾ ਰਹੇ ਹੋ ਅਤੇ ਚਾਹੁੰਦੇ ਹੋ ਕਿ ਇਸ ਇਵੈਂਟ ਦੀ ਕਵਰੇਜ ਪੰਜਾਬੀ ਸਪੋਰਟਸ ਦੀ ਕੀਤੀ ਜਾਵੇ ਤਾਂ ਸਾਨੂੰ ਕੰਟੈਕਟ ਕਰੋ ਅਤੇ ਪੰਜਾਬੀ ਸਪੋਰਟਸ ਦੀ ਟੀਮ ਉੱਥੇ ਜ਼ਰੂਰ ਪਹੁੰਚੇਗੀ। ਆਪਣੀ ਸਪੋਰਟਸ ਇਵੈਂਟ ਦੀ ਲਾਈਵ ਕਵਰੇਜ ਕਰਵਾਉਣ ਲਈ ਵੀ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਹੁਣ ਗੱਲ ਕਰਦੇ ਹਾਂ ਹਰਜੀਤ ਤਲਵਾਰ ਕਬੱਡੀ ਕੱਪ ਬਾਰੇ। ਹਰਜੀਤ ਤਲਵਾਰ ਕਬੱਡੀ ਕਲੱਬ ਐਬਸਫੋਰਡ ਵੱਲੋਂ ਆਪਣਾ ਤੀਜਾ ਸਾਲਾਨਾ ਕਬੱਡੀ ਕੱਪ ਰੋਟਰੀ ਸਟੇਡੀਅਮ ਐਬਸਫੋਰਡ ਵਿੱਚ 24 ਜੂਨ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਹਾਂਜੀ, ਟੂਰਨਾਮੈਂਟ ਹੋ ਜਾ ਰਿਹਾ ਜੀ ਹਰਜੀਤ ਤਲਵਾਰ ਕਬੱਡੀ ਕਲੱਬ ਐਬਸਫੋਰਡ ਵੱਲੋਂ ਆਪਣੇ ਰੋਟਰੀ ਸਟੇਡੀਅਮ ਦੇ ਵਿੱਚ, ਅਤੇ ਜਿਹਦੇ ਵਿੱਚ 8 ਟੀਮਾਂ ਭਾਗ ਲੈਣਗੀਆਂ ਜੀ। ਪਲੇਅਰ ਜਿਵੇਂ ਇੰਡੀਆ ਤੋਂ ਵੀ ਵੀਜ਼ੇ ਮਿਲ ਗਏ ਮੁੰਡਿਆਂ ਨੂੰ, ਉਹਨਾਂ ਨੇ ਆ ਜਾਣਾ ਅਤੇ ਮੈਚ ਵਧੀਆ ਹੋਣਗੇ ਜੀ। ਇੱਧਰ ਜਿਵੇਂ ਮੰਗੀ ਹੋਣਾ ਲੱਗ ਗਿਆ ਜੀ ਵੀਜ਼ਾ, ਅਤੇ ਆਪਣਾ ਮੁੰਡਾ ਨਿੱਕੇ ਹੋਣੀ ਹੈ, ਸੋਨੀ ਹੋਣੀ। ਆਪਣਾ ਜੀ ਇਸ ਵਾਰ 3rd ਐਨੂਅਲ ਟੂਰਨਾਮੈਂਟ ਆਪਣਾ ਹਰਜੀਤ ਤਲਵਾਰ ਕਲੱਬ ਐਬਸਫੋਰਡ ਵੱਲੋਂ ਰੋਟਰੀ ਸਟੇਡੀਅਮ ਵਿੱਚ ਕਰਾ ਰਹੇ ਹਾਂ 24 ਜੂਨ ਨੂੰ। ਅਤੇ ਇਹ ਰੋਟਰੀ ਸਟੇਡੀਅਮ ਜਿਹੜਾ ਆਪਣੇ ਕਿ ਮਕਲੋਰ ਅਤੇ ਟ੍ਰਿਥਵੇ ਦੇ ਕੋਰਨਰ 'ਤੇ ਹੈਗਾ ਜੀ। ਅਤੇ ਅਸੀਂ ਹਰ ਸਾਲ ਦੀ ਤਰ੍ਹਾਂ ਇਹ ਜੂਨ 'ਚ ਟੂਰਨਾਮੈਂਟ ਹੁੰਦਾ ਵਾ, ਇਸ ਵਾਰ ਵੀ ਆਪਣਾ ਇਹ 24 ਜੂਨ ਨੂੰ ਹੈਗਾ। ਇਸ ਦੇ ਵਿੱਚ ਬਹੁਤ ਨਾਮੀ ਪਲੇਅਰ ਆ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਹਿਲਾਂ ਆਪਣੇ ਦੋ ਫੈਡਰੇਸ਼ਨਾਂ ਸੀਗੀਆਂ ਇੱਥੇ ਮੇਨ, ਦਾਰਾ ਭਾਜੀ ਦੀ ਅਤੇ ਸੌਖੇ ਪੰਦਰ ਭਾਜੀ ਦੀ, ਪਰ ਹੁਣ ਉਹ ਦੋਨੇ ਫੈਡਰੇਸ਼ਨਾਂ ਇਕੱਠੀਆਂ ਹੋ ਗਈਆਂ ਨੇ। ਸੋ ਜਿਹੜੇ ਕਬੱਡੀ ਦੇ ਜਿੰਨੇ ਵੀ ਜਿਹੜੇ ਆਪਣੇ ਦੇਖਣ ਵਾਲੇ ਲੋਕ ਦਰਸ਼ਕ ਹੈਗੇ ਆ, ਜਿਹੜੇ ਕਿ ਪਹਿਲਾਂ ਉਹਨਾਂ ਦੀ ਡਿਮਾਂਡ ਸੀਗੀ ਕਿ ਅਸੀਂ ਵੀ ਜੀ ਇਕੱਠਿਆਂ ਦੇਖੀਏ ਤਾਂ ਉਹਦਾ ਨਜ਼ਾਰਾ ਕੁਛ ਵੱਖਰਾ ਹੋਊਗਾ, ਪਰ ਹੁਣ ਜਿਵੇਂ ਕਿ ਉਹ ਇਕੱਠੇ ਹੋ ਗਏ ਨੇ, ਸੋ ਉਹਦੇ ਵਿੱਚ ਜਿਵੇਂ ਸਾਰੇ ਸੁਪਰ ਸਟਾਰ ਪਲੇਅਰ ਆ ਉਹਨਾਂ ਨੂੰ ਤਕਰੀਬਨ ਵੀਜ਼ਾ ਲੱਗ ਗਏ ਨੇ, ਅਤੇ ਬਾਕੀ ਨੈਕਸਟ ਵੀਕ ਤੱਕ ਹੋਰ ਵੀ ਪ੍ਰੋਸੈਸ ਹੋਰ ਪਲੇਅਰਾਂ ਨੂੰ ਵੀਜ਼ੇ ਲੱਗ ਜਾਣਗੇ। ਅਤੇ ਮੈਚ ਇੱਦਾਂ ਹੋਣਗੇ ਕਿ ਜਿਹੜੇ ਅੱਜ ਤੋਂ ਪਹਿਲਾਂ 5-6 ਸਾਲ ਪਹਿਲਾਂ ਮੈਚ ਹੁੰਦੇ ਸੀਗੇ ਉਹਨਾਂ ਉਹੋ ਜਿਹੇ ਮੈਚ ਹੋਣਗੇ ਜੀ, ਅਤੇ ਲੋਕਾਂ ਨੂੰ ਮੈਚ ਦੇ ਕੇ ਕੋਈ ਵੀ ਡਿਸਅਪੁਆਇੰਟ ਨਹੀਂ ਹੋਊਗਾ, ਕਿਉਂਕਿ ਹਰੇਕ ਕਲੱਬ ਨੇ ਇਸ ਵਾਰ ਆਪਣਾ ਪੂਰਾ ਜ਼ੋਰ ਲਾਇਆ ਵਾ ਕਿ ਉਹਨੇ ਵੱਧ ਤੋਂ ਵੱਧ ਟੋਰਾਂਟੋ ਤੋਂ ਅਤੇ ਅਲਬਰਟਾ ਤੋਂ ਪਲੇਅਰ ਵੀ ਲੈ ਕੇ ਕਢਾਉਣੇ ਨੇ ਨਾਲ, ਅਤੇ ਕੁਛ ਜਿਵੇਂ ਕਿ ਆਪਣੇ US ਦੇ ਪਲੇਅਰ ਤਕੜੇ ਨੇ ਜਿਵੇਂ ਜੋਨੀ ਕੈਲੀਫੋਰਨੀਆ ਹੋ ਗਿਆ ਜੀ, ਦੁੱਲਾ ਫਿਰੋਜ਼ਪੁਰੀ, ਅਤੇ ਲੈਰੀ ਜਿਵੇਂ ਕਿ ਲੈਰੀ ਨੇ ਆਪਣੇ 'ਚ ਖੇਡਣਾ ਜੀ, ਅਤੇ ਡੋਂਟੇ ਹੋ ਗਿਆ ਜੀ, ਇਹ ਪੂਰੇ ਵਧੀਆ ਪਲੇਅਰ ਨੇ। ਹੋਰ ਵੀ ਬਹੁਤ ਪਲੇਅਰ ਨੇ ਜਿਹਨਾਂ ਦਾ ਮੈਂ ਨਾਮ ਨਹੀਂ ਲੈ ਸਕਿਆ, ਪਰ ਪੂਰੇ ਸੁਪਰਸਟਾਰ ਪਲੇਅਰਾਂ ਦੇ ਭੇਟ ਹੋਣਗੇ ਜੀ। ਕਬੱਡੀ ਖਿਡਾਰੀਆਂ ਨੂੰ ਪਏ ਵੀਜ਼ੇ ਦੇ ਰੇੜਕੇ ਕਾਰਨ ਇਸ ਸਾਲ ਕਬੱਡੀ ਦਾ ਸੀਜ਼ਨ ਕੁਝ ਦੇਰੀ ਨਾਲ ਸ਼ੁਰੂ ਹੋ ਰਿਹਾ ਹੈ। ਉਹ ਤਾਂ ਫਿਰ ਇਹ ਜੀ ਹੁਣ ਵੀ ਮਤਲਬ ਕਿ ਟੂਰਨਾਮੈਂਟ ਘੱਟ ਜਾਣੇ ਜੀ, ਜਿਵੇਂ ਲੇਟ ਸ਼ੁਰੂ ਹੋਇਆ, ਕਿਉਂਕਿ ਅੱਗੇ ਤਾਂ ਮਈ ਦੇ ਵਿੱਚ ਸ਼ੁਰੂ ਹੋ ਜਾਂਦੇ ਮੈਚ, ਹੁਣ ਜਿਵੇਂ ਕਾਫੀ ਲੇਟ ਹੋ ਗਿਆ ਜੀ। ਹਾਂਜੀ, ਜਿਹੜੇ ਆਪਣੇ ਪਲੇਅਰ ਆ ਕੁਛ ਦੇ ਵੀਜ਼ੇ ਲੱਗ ਗਏ ਨੇ ਜੀ, ਅਤੇ ਅਰਾਊਂਡ 50 ਤੋਂ ਉੱਪਰ, ਅਤੇ ਕੁਛ ਦੇ ਲੱਗ ਰਹੇ ਨੇ, ਸਿਰਫ ਉਹੀ ਪਲੇਅਰਾਂ ਦੇ ਵੀਜ਼ੇ ਲੱਗ ਰਹੇ ਨੇ ਜਿਹੜੇ ਕਿ ਲੌਂਗ ਟਾਈਮ ਤੋਂ ਕੈਨੇਡਾ ਆ ਰਹੇ ਸੀਗੇ, ਜਾਂ ਜਿਹਨਾਂ ਕੋਲ 2-3 ਸਾਲ ਦੇ ਪੁਰਾਣੇ ਆਪਣੇ ਕੈਨੇਡਾ ਦਾ ਵੀਜ਼ਾ ਹੈਗਾ ਵਾ, ਅਤੇ ਜਾਂ ਜਿਹਨਾਂ ਕੋਲ 5-6 ਸਾਲ ਲਗਾਤਾਰ ਇੰਗਲੈਂਡ ਜਾਂਦੇ ਰਹੇ, ਫਿਰ 1-2 ਸਾਲ ਹੋ ਗਏ ਕੈਨੇਡਾ ਵੀ ਆਏ ਨੇ, ਉਹਨਾਂ ਨੂੰ ਵੀਜ਼ਾ ਲੱਗ ਰਿਹਾ। ਨਵੇਂ ਬੰਦੇ ਨੂੰ ਵੀਜ਼ੇ ਦੇ ਚਾਂਸ ਬਹੁਤ ਘੱਟ ਆ ਜੀ। ਕਬੱਡੀ ਦੇ ਇਸ ਤਰ੍ਹਾਂ ਜੀ ਜਿਹੜਾ ਵੀਜ਼ੇ ਦਾ ਕੰਮ ਹੋਇਆ ਵਾ, ਹੋਇਆ ਤਾਂ ਗਲਤ ਆ, ਕਿਉਂਕਿ ਇਸ ਵਿੱਚ ਕੁਛ ਜਿਹੜੇ ਗਰੀਬ ਪਰਿਵਾਰ ਦੇ ਬੱਚੇ ਸੀਗੇ, ਜਿਹੜੇ ਪਲੇਅਰ ਸੀਗੇ ਇੰਡੀਆ ਤੋਂ, ਵਧੀਆ ਖੇਡਦੇ ਹੁੰਦੇ ਆ, ਪਰ ਉਹਨਾਂ ਦਾ ਜਿਵੇਂ ਹੁਣ ਚਾਂਸ ਖਤਮ ਹੋ ਗਿਆ ਉਹਨੇ ਕਬੱਡੀ 'ਚ। ਸੋ ਇਹ ਹੌਲੀ ਹੌਲੀ ਉਹਨਾਂ ਪ੍ਰੋਸੈਸ ਹੋਊਗਾ। ਬਾਕੀ ਥੋੜ੍ਹਾ ਜਿਹਾ ਕੀ ਹੈ, ਕੁਛ ਕੁ ਪਲੇਅਰਾਂ ਨੇ ਅਬਿਊਜ਼ ਬਹੁਤ ਕਰ ਦਿੱਤਾ, ਪਲੇਅਰ ਜਦੋਂ ਭੱਜੇ ਆ ਨਾ ਜੀ, ਉਹਦੇ ਕਰਕੇ ਇਹ ਪ੍ਰੋਬਲਮ ਸਾਰਿਆਂ ਨੂੰ ਕ੍ਰੀਏਟ ਕਰਨੀ ਪਈ। ਜਿਵੇਂ ਹੁਣ ਜਿਹੜੇ ਵਧੀਆ ਪਲੇਅਰ ਸੀਗੇ, ਵਧੀਆ ਕਲੱਬਾਂ ਸੀ, ਸੋ ਉਹਨਾਂ ਨੇ ਵਿੱਚ ਨਾਲ ਹੀ ਇਹ ਪ੍ਰੋਬਲਮ ਸਾਰਿਆਂ ਨੂੰ ਇਕੱਠੇ ਹੋ ਗਈ ਜੀ। ਕੈਨੇਡਾ ਦੇ ਖੇਡ ਮੰਤਰੀ ਬਿੱਲ ਗੋਸਲ ਅਨੁਸਾਰ ਕਬੱਡੀ ਵੀਜ਼ੇ ਵਿੱਚ ਕਾਫੀ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਇੱਦਾਂ ਦਾ ਕੋਈ ਡਾਇਰੈਕਟਰ ਮਿਨਿਸਟਰ ਵੱਲੋਂ ਜਾਂ ਸਾਡੇ ਵੱਲੋਂ ਇੱਦਾਂ ਦਾ ਕੋਈ ਡਾਇਰੈਕਟਰ ਨਹੀਂ ਹੈ ਕਿ ਉਹ ਹਰ ਇੱਕ ਨੂੰ ਬੰਦ ਕਰ ਦਿਓ, ਸਿਰਫ ਇਹ ਆ ਕਿ ਇੰਡੀਵਿਜੁਅਲ ਤੌਰ 'ਤੇ ਅਪਲਾਈ ਕਰਨਾ ਪੈਣਾ, ਹਰ ਇੱਕ ਐਪਲੀਕੇਸ਼ਨ ਇੰਡੀਵਿਜੁਅਲ ਤੌਰ 'ਤੇ। ਲਾਸਟ ਈਅਰ ਕਬੱਡੀ ਪ੍ਰੋਗਰਾਮ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਸ਼ੁਰੂ ਕੀਤਾ ਸੀ, ਉਹ ਉਹਨੇ ਸ਼ਟ ਡਾਊਨ ਕਰਤਾ ਇਸ ਸਾਲ, ਉਹਦੇ ਅੰਡਰ ਕੋਈ ਨਹੀਂ ਵੀਜ਼ਾ ਇਸ਼ੂ ਹੋ ਰਿਹਾ। ਹਾਂ, ਇੰਡੀਵਿਜੁਅਲ ਕੋਈ ਟੀਮ ਕਿਸੇ ਇੰਡੀਵਿਜੁਅਲ ਪਲੇਅਰ ਨੂੰ ਬੁਲਾਉਣਾ ਚਾਹੁੰਦੀ ਆ, ਉਹਨਾਂ ਨੂੰ ਉਹ ਭੇਜ ਸਕਦੇ, ਸਪੋਂਸਰਸ਼ਿਪ ਚੰਡੀਗੜ੍ਹ ਜਾ ਕੇ ਅਪਲਾਈ ਕਰ ਸਕਦੇ ਆ। ਉਹ ਇਮੀਗ੍ਰੇਸ਼ਨ ਆਫਿਸਰ 'ਤੇ ਡਿਪੈਂਡ ਕਰਦਾ, ਉਹਦਾ ਸਾਰਾ ਕੁਝ ਦੇਖ ਕੇ ਕਿ ਉਹਨੂੰ ਵੀਜ਼ਾ ਇਸ਼ੂ ਕਰਨਾ ਜਾਂ ਨਹੀਂ ਕਰਨਾ। ਹੁਣ ਬਹੁਤ ਪਲੇਅਰ ਕਈ ਪੁਰਾਣੇ ਆਉਂਦੇ ਆ ਜਾਂ ਜਾਂਦੇ ਆ, ਜਸਟ ਲਾਈਕ ਵੈਸਟਰ ਵੀਜ਼ਾ ਤੁਸੀਂ ਅਪਲਾਈ ਕਰਦੇ ਆ, ਇਸ ਹਿਸਾਬ ਨਾਲ ਤੁਸੀਂ ਕਬੱਡੀ ਬੇਸ 'ਤੇ ਕੋਈ ਵੀ ਜਾ ਕੇ ਅਪਲਾਈ ਕਰ ਸਕਦਾ, ਅਤੇ ਉਹ ਇਮੀਗ੍ਰੇਸ਼ਨ ਆਫਿਸਰ 'ਤੇ ਡਿਪੈਂਡ ਕਰਦਾ ਜੀ। ਉਹ ਮੈਂ ਇਨਕਰੇਜ ਕਰਦਾ ਜਿੰਨੇ ਵੀ ਫੈਡਰੇਸ਼ਨਸ ਆ, ਕਿਉਂਕਿ ਜਿਹੜੀ ਨੈਸ਼ਨਲ ਸਪੋਰਟਸ ਆਰਗਨਾਈਜੇਸ਼ਨ ਰੂਲਸ ਐਂਡ ਰੈਗੂਲੇਸ਼ਨ ਸਾਰੀਆਂ ਉਹ ਸੈੱਟ ਕਰਦੀਆਂ, ਫੈਡਰਲ ਗਵਰਨਮੈਂਟ ਉਹਦੇ ਵਿੱਚ ਇਨਵੋਲਵ ਨਹੀਂ ਹੁੰਦੀ। ਉਸੇ ਬੇਸ 'ਤੇ ਕਬੱਡੀ ਨੂੰ ਵੀ ਆਪਾਂ ਇਨਕਰੇਜ ਕਰਦੇ ਹਾਂ ਵੀ ਤੁਸੀਂ ਬੈਠ ਕੇ ਸਾਰੇ ਆਪਾਂ ਚਲੋ ਇੱਕ ਟੇਬਲ 'ਤੇ ਬੈਠ ਕੇ ਇਹਦੇ ਰੂਲਸ ਰੈਗੂਲੇਸ਼ਨ ਕੋਨਸਟੀਟਿਊਸ਼ਨ ਬਣਾਈਏ, ਉਹ ਫਰੇਮਵਰਕ ਇੱਦਾਂ ਦਾ ਬਣਾਈਏ ਵੀ ਜਿਹੜਾ ਉਹ ਵਧੀਆ ਅਤੇ ਇੰਪੋਰਟੈਂਟ ਹੋਵੇ, ਉਹਨੂੰ ਹਰ ਕਲੱਬ ਅਤੇ ਫੈਡਰੇਸ਼ਨ ਫੋਲੋ ਕਰੇ। ਬਹੁਤ ਸਾਰੇ ਨਾਮੀ ਖਿਡਾਰੀ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਪਹੁੰਚ ਚੁੱਕੇ ਹਨ। ਇਸ ਵਾਰ ਸਾਨੂੰ ਪਿਛਲੇ ਸਾਲਾਂ ਨਾਲੋਂ ਵਧੀਆ ਮੁਕਾਬਲੇ ਦੇਖਣ ਦੀ ਉਮੀਦ ਹੈ। ਸਾਡੇ ਕੋਲ ਜਿੱਦਾਂ ਗੋਗੋ ਆ ਜੀ, ਰੁੜਕੀ ਵਾਲਾ,
तो मुंडा सोनी है सवदी वाला खाड़े वाला निक्का पाल माले वाला गोपी मानकी एंड लहरी है जी मुंडा होना कैलीफोर्निया तो कला साढ़े जो हम असी आलमोस्ट सारे जिन्हें साढ़े अपने हरजीत लवा क्लब के मैंबर्स ने है ना जी वह हम आलमोस्ट सारे हर रोज़ असी भी ट्राई करते हैं कि टूरनामेंट में कि इस तरह टूरनामेंट बना दी कि यादगार है कि लोग नैक्सट ईयर इस टूरनामेंट की वेट कर कि हाँ एवस फोर्ट वाले ने कद टूरनामेंट करवाना तो प्लस असी थोड़े सारे अपने दर्शकों को अपील करते हैं कि वह बद तो बद उ पहुँचन तो असी उन्होंने उत्थे आके उ 24 जून उत्थे स्वागत करा तो जी इस सिक्योरिटी का तो लंगर का पूरा प्रबंध होगा तो जी अभी पार्किंग की कोई प्रॉब्लम नहीं क्योंकि अपने उत्थे रोटी स्टेडियम पार्किंग बहुत खुली है जी। ठीक है जी, वधिया लग रहा जी सानू जिवें हुण तीजा टूरनामेंट करा रहे सानू स्पोंसरां दा सहयोग बहुत वधिया सारे वधिया साडे नाल जिन्ने स्पोंसर ने वधिया साडे नाल मोढे नाल मोढा लाए खड़े जी। इस सारे टूरनामेंट की लाइव वीडियो कवरेज तुसीं punjabispports.com ते जाके देख सकते हो। गोल डिटेल लो पंजाबी स्पोर्ट्स सरी।